हर रोज जिहड़ा ये बंदा एक जिहड़ा छोटा नौवा जिहदा बहुत पाउदा इन्हां दा खड़ौना है दीप सिद्धू उहनूं इन्हां ने तैयार करके रख्या सी जिद्दण दा किसान लीडर ते किसान संघर्ष कर रहे सी। ਇਹ ਦੋ ਨੰਬਰ ਦਾ ਬੰਦਾ ਪਹਿਲਾਂ ਹੀ ਉੱਥੇ ਸੰਘਰਸ਼ ਦੇ ਬਹਾਨੇ ਇੱਕ ਮੂਹਰੇ ਹੀ ਸਭ ਤੋਂ ਇਹਨੇ ਟੈਂਟ ਲਾ ਲਿਆ ਸਿੰਘੂ ਨਾ ਸ਼ੰਭੂ 'ਚ ਅਤੇ ਇਹ ਸੰਘਰਸ਼ ਦੇ ਨਾਲ ਨਾਲ ਕਿਸਾਨਾਂ ਦੇ ਦਿੱਲੀ 'ਚ ਆ ਵੜਿਆ। ਉਦੋਂ ਬਾਅਦ ਇਹ ਰੋਜ਼ ਕਿਸਾਨਾਂ ਦੀਆਂ ਸਟੇਜਾਂ 'ਤੇ ਕਬਜ਼ਾ ਕਰਨ ਨੂੰ ਫਿਰਦਾ ਸੀ, ਪਰ ਕਿਸਾਨ ਲੀਡਰਾਂ ਨੇ ਬੜੀ ਸਮਝਦਾਰੀ ਨਾਲ ਇਹ ਦਿਨ ਕੱਢਦੇ ਗਏ ਦਿਨ ਕੱਢਦੇ ਗਏ। ਪਰ ਪਿਛਲੇ 10-15 ਦਿਨ ਤੋਂ ਜਦੋਂ ਇੱਕ NIA ਨੇ ਇਹਦੇ ਉੱਤੇ ਕੇਸ ਪਾਇਆ ਕਿਉਂਕਿ ਪੈਸੇ ਦੀ ਟ੍ਰਾਂਜੈਕਸ਼ਨ ਬਹੁਤ ਆ ਰਹੀ ਸੀ ਜਿਹੜੇ 2020 ਵਾਲੇ ਰੈਫਰੈਂਡਮ ਵਾਲਿਆਂ ਦੀ ਸਿੱਖ ਫੋਰ ਜਸਟਿਸ ਵਾਲਿਆਂ ਦੀ, ਉਹ ਤੋਂ ਇਹ ਗਾਇਬ ਹੋ ਗਿਆ। ਗਾਇਬ ਹੋ ਕੇ ਪਿੱਛੋਂ ਇਹ ਤਿਆਰੀ ਕਰਨ ਲੱਗ ਗਿਆ ਅੰਦਰ ਹੀ ਬਹਿ ਕੇ, ਅਤੇ ਅੱਜ ਅਚਾਨਕ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਕਿਹਾ ਸਵੇਰੇ ਜਦੋਂ ਕਿਸਾਨਾਂ ਦੀ ਪਰੇਡ ਸ਼ੁਰੂ ਹੋਣੀ ਸੀ ਉਦੋਂ ਪਹਿਲਾਂ ਹੀ ਜਦੋਂ ਆਪਣੀ 26 ਜਨਵਰੀ ਦੀ ਰਿਪਬਲਿਕ ਡੇ 72ਵੇਂ ਰਿਪਬਲਿਕ ਡੇ ਚੱਲ ਰਿਹਾ ਸੀ ਉਹਦੇ ਦੌਰਾਨ ਹੀ ਇਹ ਬਹੁਤ ਭਾਰੀ ਅਸਲੇ ਨਾਲ ਬੰਦੇ ਲੈ ਕੇ ਕਿਸਾਨ ਨੇ ਅਸਲੇ ਚੱਕਣੇ ਆ, ਕਿਸਾਨ ਨੇ ਜਿਹੜੇ ਬੜੇ ਬੜੇ ਜਿਹੜੀਆਂ ਕਿਰਪਾਨਾਂ ਦੇ ਲਾਭ ਹੋਰ ਅਸਲੇ ਉਹਨੇ ਕੀ ਕਰਨੇ ਆ ਜੀ, ਉਹ ਤਾਂ ਆਪਣੀ ਵਿਚਾਰਾ ਜ਼ਮੀਨ ਦੀ ਲੜਾਈ ਫਸਲ ਦੀ ਲੜਾਈ ਲੜ ਰਿਹਾ, ਉਹ ਤਾਂ ਉੱਥੇ ਬੈਠਾ ਹੈ, ਉਹਨੇ ਦੇਸ਼ ਨਾਲ ਥੋੜ੍ਹੀ ਲੜਨਾ ਹੈ, ਉਹ ਤਾਂ ਦੇਸ਼ ਦਾ ਚੰਗਾ ਕਰਨ ਵਾਲਾ ਹੈ। ਇਹਨੇ ਆ ਕੇ ਜਦੀ ਉੱਥੇ ਦੇਖੋ ਆ ਗਏ ਦਗੜ ਦਗੜ ਕਰਕੇ, ਉਹ ਕੇਸਰੀ ਝੰਡਾ ਨਾ ਸਮਝੋ ਉਹਨੂੰ, ਨਿਸ਼ਾਨ ਸਾਹਿਬ ਨਾ ਸਮਝੋ ਉਹਨੂੰ, ਉਹ ਪੀਲੇ ਰੰਗ ਦਾ ਝੰਡਾ ਹੈ ਜਿਹੜਾ ਇਹਨਾਂ ਦਾ ਝੰਡਾ ਹੈ, ਉਹ ਚੜ੍ਹਾਇਆ, ਫੋਟੋਆਂ ਖਿੱਚੀਆਂ, ਸੈਲਫੀ ਉੜਦੇ ਬਣੇ, ਪਾਕਿਸਤਾਨ ਵਾਲੇ ਜਦੀ ਆਪਣੇ ਫੇਸਬੁੱਕ 'ਤੇ ਲਾ ਤਾ ਵੀ ਜੀ ਦੇਖੋ ਜੀ ਖਾਲਿਸਤਾਨ ਦਾ ਝੰਡਾ ਜਿਹੜਾ ਤਿਰੰਗੇ ਦੇ ਹਟਾਉਣ ਤੋਂ ਬਾਅਦ ਖਾਲਿਸਤਾਨ ਦਾ ਝੰਡਾ ਦੇਸ਼ 'ਚ ਚੜ੍ਹ ਗਿਆ ਲਾਲ ਕਿਲੇ 'ਤੇ, ਜਿਹੜਾ ਲਗਾਤਾਰ ਕਿਸਾਨ ਲੀਡਰ ਕਹਿ ਰਹੇ ਸੀ ਵੀ ਇਹ ਐਜੀਟੇਸ਼ਨ ਦੁਨੀਆ ਦੇ ਵਿੱਚ ਇੱਕ ਇਤਿਹਾਸ ਬਣ ਗਿਆ, ਐਡਾ ਬੜਾ ਐਜੀਟੇਸ਼ਨ, ਇੰਨਾ ਲੰਬਾ ਐਜੀਟੇਸ਼ਨ, ਇੰਨਾ ਸ਼ਾਂਤਮਈ ਐਜੀਟੇਸ਼ਨ, ਇਹ ਗੁਰੂ ਆਪ ਵਸ ਰਿਹਾ ਇੱਥੇ। ਪਰ ਅੱਜ ਇਹਨਾਂ ਨੇ ਸਾਰਾ ਕੁਛ ਮਤਲਬ ਹਰ ਚੈਨਲ 'ਤੇ ਸਾਡਾ ਮਜ਼ਾਕ ਉਡਾਇਆ ਜਾ ਰਿਹਾ। ਸਾਨੂੰ ਮੈਂ ਪਹਿਲਾਂ ਇਹ ਗੱਲ ਸਰਕਾਰ ਨੂੰ ਵੀ ਕਹੀ ਸੀ ਵੀ ਇਹ ਸਾਡਾ ਇੱਕ ਜਿਹੜਾ ਇਹ ਉਹ ਬਾਰਡਰ ਦੀ ਸਟੇਟ ਆ, ਇੱਕ ਮਨੋਰਿਟੀ ਸਟੇਟ ਆ, ਤੁਸੀਂ ਇਹਦੇ ਵਿੱਚ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਬੜੀਆਂ ਲੋਕਾਂ ਨੇ ਕਰਨੀਆਂ, ਸਾਡੇ ਦੁਸ਼ਮਣ ਬੜੇ ਨੇ, ਨਾ ਤੁਸੀਂ ਸਾਡੇ ਨਾਲ ਧੱਕਾ ਕਰੋ, ਨਹੀਂ ਸੁਣੀ ਕਿਸੇ ਨੇ, ਅੱਜ ਉਹੀ ਗੱਲ ਹੋ ਗਈ। ਅੱਜ ਇੱਕ ਤਾਂ ਸਾਡੇ ਨਾਲ ਧੱਕਾ ਸਰਕਾਰ ਨੇ ਕਰਤੀ, ਅੱਜ ਸਾਨੂੰ ਦੇਸ਼ ਦਾ ਜੁੜ ਦੁਸ਼ਮਣ ਬਣਾਉਣ ਦੀ ਕੋਸ਼ਿਸ਼ ਸਾਰੇ ਜਗ੍ਹਾ ਹੋ ਰਹੀ ਹੈ। ਪਰ ਅਸੀਂ ਅੱਜ ਤੋਂ ਬਾਅਦ ਹੋਰ ਤਕੜੇ ਹੋ ਕੇ ਸਿਰ ਜੋੜਾਂਗੇ, ਹੋਰ ਕਿਸਾਨ ਲੀਡਰਾਂ ਨੂੰ ਮਜ਼ਬੂਤ ਕਰਾਂਗੇ, ਕਿਸਾਨਾਂ ਨੂੰ ਮਜ਼ਬੂਤ ਕਰਾਂਗੇ। 38 ਤਰੀਕ ਤੋਂ ਪਾਰਲੀਮੈਂਟ ਸੈਸ਼ਨ ਆ ਰਿਹਾ ਹੈ, ਉਹਦੇ ਵਿੱਚ ਅਸੀਂ ਐਂ ਨਹੀਂ ਮੁੜਨਾ, ਅਸੀਂ ਕਲੰਕ ਲਗਾ ਕੇ ਅਤੇ ਬਿੱਲ ਵੀ ਨਾ ਵਾਪਸ ਹੋਣ, ਐਂ ਨਹੀਂ ਮੁੜੂਗਾ ਕੋਈ ਪੰਜਾਬੀ। ਅਸੀਂ ਜਿੰਨਾ ਚਿਰ ਜਿੱਤਦੇ ਨਹੀਂ, ਕਿਸਾਨ ਲੀਡਰ ਵੀ ਅਤੇ ਕਿਸਾਨ ਉਰੇ ਹੀ ਬੈਠਣਗੇ, ਅਤੇ ਇਹੋ ਜਿਹੇ ਗਲਤ ਐਲੀਮੈਂਟਾਂ ਨੂੰ ਅਸੀਂ ਭਜਾਵਾਂਗੇ, ਅਤੇ ਸਿਰ ਜੋੜ ਕੇ ਬਹਿ ਕੇ ਆ ਪਾਰਲੀਮੈਂਟ ਸੈਸ਼ਨ 29 ਤਰੀਕ ਨੂੰ ਜਿਹੜੇ ਕਿਸਾਨ ਲੀਡਰ ਜਿਹੋ ਜਿਹਾ ਬਿੱਲ ਚਾਹੁੰਦੇ ਆ ਉਹੋ ਜਿਹੇ ਬਿੱਲ ਦੁਆਰਾ ਪਾਸ ਕਰਾ ਕੇ ਪਾਰਲੀਮੈਂਟ 'ਚੋਂ ਅਸਲੀ ਜਿੱਤ ਦੀ ਖੁਸ਼ੀ 'ਚ ਉਦੋਂ ਜਾਵਾਂਗੇ।